ਹਾਂਜੀ ਸਟੂਡੈਂਟਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਅੱਜ ਆਪਾਂ ਇਸ ਵੀਡੀਓ ਦੇ ਅੰਦਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਹੜਾ ਕਿ ਪ੍ਰੈਸ ਨੋਟ ਜਾਰੀ ਹੋਇਆ ਹੈ ਪੰਜਵੀਂ ਤੇ ਅੱਠਵੀਂ ਦੀ ਸ਼੍ਰੇਣੀਆਂ ਦੇ ਲਈ ਜਿਹੜੇ ਕਿ ਪ੍ਰੀਖਿਆ ਹੈ ਫਰਵਰੀ ਅਤੇ ਮਾਰਚ 2023 ਦੇ ਵਿੱਚ ਹੋਣ ਜਾ ਰਹੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ ਸ਼੍ਰੇਣੀ ਦੀ ਜਿਹੜੀ ਕਿ ਇਸ ਲੈਣ ਪ੍ਰੀਖਿਆ ਸੰਬੰਧਤ ਜਿਹੜੇ ਕਿ ਸੈਲਫ ਪ੍ਰੀਖਿਆ ਕੇਂਦਰ ਬਣਾ ਕੇ 27 2 ਮਤਲਬ ਜਿਵੇਂ ਕਿ ਤੁਹਾਨੂੰ ਪਤਾ ਹੈ 27 ਫਰਵਰੀ ਤੋਂ ਲੈ ਕੇ 6 ਮਾਰਚ ਤੱਕ ਜਿਹੜੇ ਕਿਆਂ ਕਰਵਾਈਆਂ ਜਾ ਰਹੀਆਂ ਹਨ ਅੱਠਵੀਂ ਸ਼੍ਰੇਣੀ ਦੀ ਜਿਹੜੀ ਕਿ ਸ਼੍ਰਾਨਾ ਪ੍ਰੀਖਿਆ ਹੈ ਦਫ਼ਤਰ ਵੱਲੋਂ ਬਣਾਏ ਗਏ ਪ੍ਰੀਖਿਆ ਕੇਂਦਰ 25 ਫਰਵਰੀ ਤੋਂ 21 ਮਾਰਚ ਤੱਕ ਜਿਹੜੀਆਂ ਕਿ ਕਰਵਾਈਆਂ ਜਾ ਰਹੀਆਂ ਤਾਂ ਤੁਸੀਂ 8ਵੀਂ ਸ਼੍ਰੇਣੀ ਦੇ ਦੇਖ ਸਕਦੇ ਹੋ 25 ਫਰਵਰੀ ਤੋਂ ਸਟਾਰਟ ਨੇ 21 ਮਾਰਚ ਤੱਕ ਚੱਲਣਗੇ ਤੇ 5ਵੀਂ ਵਾਲਿਆਂ ਦੇ 27 ਤੋਂ ਲੈ ਕੇ 6 ਤੱਕ ਚੱਲਣਗੇ ਅਤੇ 5ਵੀਂ ਅਤੇ 8ਵੀਂ ਦੀਆਂ ਪ੍ਰੀਖਿਆਵਾਂ ਸਵੇਰੇ 10 ਵਜੇ ਤੋਂ ਸ਼ੁਰੂ ਹੋਣਗੀਆਂ ਇਹਨਾਂ ਸ਼੍ਰੇਣੀਆਂ ਦੀ ਜਿਹੜੀ ਜਿਹੜੀ ਡੇਟਸ਼ੀਟ ਹੈ ਵੈੱਬਸਾਈਟ ਤੇ ਵੀ ਉਪਲਬਧ ਹੈ ਤੇ ਮੈਂ ਵੀ ਜਿਹੜੀ ਕਿ ਤੁਹਾਨੂੰ ਹੁਣ ਦਿਖਾ ਦਿੰਨੀ ਆ ਕਿਹੜੇਵੇਂ ਡੇਟਸ਼ੀਟ ਹੈ ਜਿਹੜੇ ਪ੍ਰੀਖਿਆਰਤੀ ਆ ਹੁਣ ਤੁਸੀਂ ਡੇਟਸ਼ੀਟ ਨੂੰ ਧਿਆਨ ਨਾਲ ਦੇਖਿਓ ਪ੍ਰੀਖਿਆਰਤੀ ਸਵੇਰੇ 10 ਵਜੇ ਤੋਂ ਸ਼ੁਰੂ ਹੋਣਗੀਆਂ ਤੇ ਵਿਸ਼ਾ ਸਵਾਗਤ ਜ਼ਿੰਦਗੀ ਦੀ ਪ੍ਰੀਖਿਆ ਦਾ ਸਮਾਂ 2 ਘੰਟੇ ਰਹੇਗਾ ਬਾਕੀਆਂ ਜਿਹੜੀਆਂ ਸਿ ਪ੍ਰੀਖਿਆਵਾਂ ਦਾ ਸਮਾਂ 3 ਘੰਟੇ ਦਾ ਹੋਵੇਗਾ ਤਾਂ ਤੁਹਾਨੂੰ ਦੇਖੋ 27 ਫਰਵਰੀ ਨੂੰ ਸੋਮਵਾਰ ਨੂੰ ਅੰਗਰੇਜ਼ੀ ਦਾ ਪੇਪਰ ਹੋਵੇਗਾ ਛੁੱਟੀ ਨਾ ਹੋਊਗੀ ਨਹੀਂ ਹੋਊਗੀ ਤੇ 28 ਨੂੰ ਨਾਲ ਦੀ ਨਾਲ ਹੀ ਸਵਾਗਤ ਜ਼ਿੰਦਗੀ ਦਾ ਪੇਪਰ 2 ਨੂੰ ਵੀਰਵਾਰ ਨੂੰ ਗਣਿਤ ਦਾ ਪੇਪਰ ਹੋਵੇਗਾ 3 ਤੀਨ ਸ਼ੁੱਕਰਵਾਰ ਨੂੰ ਪਹਿਲੀ ਭਾਸ਼ਾ ਦਾ ਪੇਪਰ ਹੋਵੇਗਾ 4 ਨੂੰ ਸ਼ਨੀਵਾਰ ਨੂੰ ਵਾਤਾਵਰਣ ਸਿੱਖਿਆ ਦਾ 6 ਸੋਮਵਾਰ ਨੂੰ ਦੂਜੀ ਭਾਸ਼ਾ ਦਾ ਤੇ ਪੰਜਵੀਂ ਸ਼੍ਰੇਣੀ ਦੀ ਪ੍ਰੀਖਿਆ ਸੈਲਫ ਪ੍ਰੀਖਿਆ ਕੇਂਦਰਾਂ ਵਿੱਚ ਹੀ ਹੋਵੇਗੀ ਵਿਲੱਖਣ ਸਮਰੱਥਾ ਅਤੇ ਪ੍ਰੀਖਿਆਰਥੀਆਂ ਦੇ ਅਪਰੇਸ਼ਨ ਪੱਤਰ ਬੁੱਕਲੇਟ ਦਫ਼ਤਰ ਵੱਲੋਂ ਨਹੀਂ ਭੇਜੇ ਜਾਣਗੇ ਮਤਲਬ ਉਹਨਾਂ ਦੇ ਉੱਥੇ ਨੇ ਵਿਲੱਖਣ ਸਮਰੱਥਾ ਪ੍ਰੀਖਿਆ ਤੇ ਸਕੂਲ ਪੱਧਰ ਤੇ ਹੀ ਲਈ ਜਾਵੇਗੀ ਸਿਹਤ ਸ੍ਰਿਖਿਆ ਤੇ ਸਵਾਗਤ ਜ਼ਿੰਦਗੀ ਦੀ ਜਿਹੜੀ ਵਿਸ਼ਾ ਦੀ ਪ੍ਰਯੋਗੀ ਪ੍ਰੀਖਿਆ ਹੈ 2 ਤਿੰਨ ਸੋਮਵਾਰ ਤੋਂ ਬਾਈ ਤਿੰਨ ਨੂੰ 2023 ਤੱਕ ਸਬੰਧਿਤ ਖੁੱਲ੍ਹਿਆ ਪ੍ਰਖਿਆਰਤਿਆਂ ਦੀ ਸੂਵਿਧਾ ਅਨੁਸਾਰ ਸਕੂਲ ਪੱਧਰ ਤੇ ਹੀ ਕਰਾਈ ਜਾਵੇਗੀ ਤੇ ਨੈਕਸ ਜਿਹੜੇ ਕਿ ਉਹਨਾਂ ਨੇ ਫੋਨ ਨੰਬਰ ਵਗੈਰਾ ਦਿੱਤੇ ਹੋਏ ਨੇ ਤੇ ਹੁਣ ਆਪਾਂ 8ਵੀਂ ਸ਼੍ਰੇਣੀ ਵਾਲਿਆਂ ਦੇ ਦੇਖਾਂਗੇ ਪ੍ਰੀਖਿਆ ਇਹਨਾਂ ਦੇ 8ਵੀਂ ਸ਼੍ਰੇਣੀ ਵਾਲਿਆਂ ਦਾ ਵੀ ਜਿਹੜਾ ਕਿ ਪ੍ਰੀਖਿਆ ਸਮਾਂ 10 ਵਜੇ ਤੋਂ ਸ਼ੁਰੂ ਹੋਵੇਗੀ 3 ਘੰਟੇ ਦਾ ਸਮਾਂ ਹੋਵੇਗਾ ਤੇ 15 ਮਿੰਟ ਦਾ ਪ੍ਰਸ਼ਨ ਪੱਤਰ ਪੜਨ ਲਈ ਵਾਧੂ ਸਮਾਂ ਦਿੱਤਾ ਜਾਵੇਗਾ ਕੰਪਿਊਟਰ ਸਾਇੰਸ ਜਿਹੜੇ ਵਗੈਰਾ ਆਦੀ ਸਵਾਗਤ ਜ਼ਿੰਦਗੀ ਦਾ ਉਹਨਾਂ ਦਾ 2 ਘੰਟੇ ਦਾ 2.5 ਘੰਟੇ ਦਾ ਸਮਾਂ ਰਹੇਗਾ ਪੇ ਹੁਣ ਡੇਟਸ਼ੀਟ ਦੇਖਦੇ ਆ 25 ਫਰਵਰੀ ਤੋਂ ਪੇਪਰ ਸਟਾਰਟ ਨੇ ਸਭ ਤੋਂ ਪਹਿਲਾ ਪੇਪਰ ਜਿਹੜਾ ਕਿ ਸਮਾਜਿਕ ਵਿਗਿਆਨ ਦਾ ਹੋਣਾ ਹੈ ਉਸ ਤੋਂ ਬਾਅਦ 27 ਨੂੰ ਤੁਹਾਡਾ ਅੰਗਰੇਜ਼ੀ ਦਾ ਪੇਪਰ ਹੋਣਾ ਹੈ 28 ਮੰਗਲਵਾਰ ਪਹਿਲੀ ਭਾਸ਼ਾ ਹਿੰਦੀ ਤੇ ਉਰਦੂ ਤੇ ਉਸ ਤੋਂ ਬਾਅਦ 1 3 ਬੁੱਧਵਾਰ ਨੂੰ ਸਵਾਗਤ ਜਿੰਦਗੀ ਦਾ ਪੇਪਰ ਹੋਵੇਗਾ 2 3 ਵੀਰਵਾਰ ਨੂੰ ਵਿਗਿਆਨ ਦਾ ਪੇਪਰ ਹੋਵੇਗਾ ਤੇਨ ਤਿੰਨ 3 ਮਾਰਚ ਨੂੰ ਕੰਪਿਊਟਰ ਸਾਇੰਸ ਦਾ ਪੇਪਰ ਉਸ ਤੋਂ ਬਾਅਦ 4 ਮਾਰਚ ਨੂੰ ਤੁਹਾਡਾ ਦੂਜੀ ਭਾਸ਼ਾ ਪੰਜਾਬੀ ਹਿੰਦੀ ਉਰਦੂ ਦਾ ਤੇ 6 ਨੂੰ ਸੋਮਵਾਰ ਗਣਿਤ ਦਾ ਪੇਪਰ ਹੋਵੇਗਾ ਤੇ 23 ਸੋਮਵਾਰ ਨੂੰ ਸਿਹਤ ਅਤੇ ਸਰੀਰਿਕ ਸਿੱਖਿਆ ਦਾ ਪੇਪਰ ਹੋਵੇਗਾ ਤੇ ਇਹ ਪੇਪਰਾਂ ਦੇ ਜਿਹੜੇ ਕਿ ਸੋਲੂਸ਼ਨ ਹੈ ਵਿਦ ਪੇਪਰ ਹੈ ਉਹ ਉਸ ਚੈਨਲ ਦੇ ਉੱਤੇ ਅਪਲੋਡ ਕੀਤੇ ਜਾਣਗੇ ਤਾਂ ਹੁਣੇ ਬੱਚੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਡੇਡ ਸ਼ੀਟ ਨੋਟ ਕਰ ਲਓ ਸਾਰੇ ਜਣੇ ਤਾਂ ਇਹ ਨੋਟ ਕਰਕੇ ਆਪਣੇ ਕਿਸੇ ਵੀ ਤੁਸੀਂ ਰੂਮ ਦੇ ਵਿੱਚ ਲਗਾ ਲਓ ਤਾਂ ਜੋ ਤੁਹਾਨੂੰ ਆਂਦੇ ਜਾਂਦੇ ਨੂੰ ਤੁਹਾਡੇ ਪੇਪਰ ਯਾਦ ਰਹਿਣ ਠੀਕ ਹੈ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਓ ਥੈਂਕ ਯੂ